ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰ ਸਿੰਘਾਂ ਨੇ ਪੁੱਛਿਆ ਆ ਕਿ ਜਿਹੜੇ ਸਿੰਘ ਅੰਮ੍ਰਿਤ ਛਕਦੇ ਨੇ, ਅੰਮ੍ਰਿਤ ਛਕਣ ਤੋਂ ਬਾਅਦ ਪਹਿਲਾਂ ਜਦੋਂ ਇਸ਼ਨਾਨ ਕਰਨਾ ਹੁੰਦਾ ਆ, ਉਦੋਂ ਗਾਤਰਾ ਕਿਵੇਂ ਸੈੱਟ ਕਰਨਾ ਆ, ਇਹ ਪ੍ਰੋਬਲਮ ਆਉਂਦੀ ਆ। ਇਸ ਪ੍ਰੋਬਲਮ ਦਾ ਆਂਸਰ ਮੈਂ ਆਪਣੇ ਅਕੋਰਡਿੰਗ ਦੱਸੂੰਗਾ। ਮੈਂ ਨਹੀਂ ਕਹਿੰਦਾ ਵੀ ਮੈਨੂੰ ਕੰਪਲੀਟ ਪਤਾ ਆ, ਮੇਰੇ ਕੋਲ ਦੋ ਤਿੰਨ ਤਰੀਕੇ ਨੇ, ਮੈਂ ਉਹ ਤਰੀਕੇ ਦੱਸੂੰਗਾ, ਤਰੀਕੇ ਹੋਰ ਵੀ ਹੋ ਸਕਦੇ ਨੇ। ਪਹਿਲੀ ਗੱਲ ਤਾਂ ਇਹ ਦੇਖੋ, ਆਪਾਂ ਨੂੰ ਪਤਾ ਵੀ ਜਿਹੜੇ ਸਿੰਘਾਂ ਨੇ ਅੰਮ੍ਰਿਤ ਛਕਿਆ, ਮਤਲਬ ਆਪਾਂ ਨੂੰ ਪੰਜ ਪਿਆਰੇ ਗੁਰੂ ਸਾਹਿਬ ਹੁਕਮ ਕਰਦੇ ਨੇ ਵੀ ਇਹ ਗਾਤਰਾ, ਇਹ ਕਿਰਪਾਨ ਕਦੇ ਆਪਣੇ ਸਰੀਰ ਤੋਂ ਅਲੱਗ ਨਹੀਂ ਕਰਨੀ। ਠੀਕ ਆ ਜੀ, ਇਹ ਤੁਸੀਂ ਸਮਝਦੇ ਹੋ ਨਾ, ਮਤਲਬ ਗਾਤਰਾ ਸ਼੍ਰੀ ਸਾਹਿਬ ਕਿਰਪਾਨ ਕਦੇ ਵੀ ਆਪਣੀ ਬਾਡੀ ਤੋਂ, ਆਪਣੇ ਸਰੀਰ ਤੋਂ ਇਹ ਅਲੱਗ ਨਹੀਂ ਕਰਨੀ। ਜਦੋਂ ਬੰਦੇ ਦਾ ਸੰਸਕਾਰ ਹੋਣਾ ਆ, ਉਹ ਇਹ ਨਾਲ ਇਹ ਸੰਸਕਾਰ ਕਰਨਾ ਆ। ਪਹਿਲੀ ਗੱਲ ਤਾਂ ਇਹ ਬਿਠਾ ਲਓ ਵੀ ਕਿਰਪਾਨ ਕਦੇ ਲਾਹ ਕੇ ਨਹੀਂ ਰੱਖਣੀ ਹੈਗੀ। ਹੁਣ ਗੱਲ ਆ ਗਈ ਇਸ਼ਨਾਨ ਦੀ। ਇਸ਼ਨਾਨ ਕਰਨ ਸਮੇਂ ਸਭ ਤੋਂ ਪਹਿਲਾਂ ਜੇ ਤੁਸੀਂ ਕਰਨਾ ਕੇਸ਼ੀ ਇਸ਼ਨਾਨ, ਠੀਕ ਆ ਜੀ, ਕੇਸ਼ੀ ਇਸ਼ਨਾਨ ਕਰਨ ਸਮੇਂ ਪਹਿਲਾਂ ਤੁਸੀਂ ਆਪਣੇ ਮਤਲਬ ਥੱਲੇ ਕਿਰਪਾਨ ਸ਼੍ਰੀ ਸਾਹਿਬ ਸਾਰਾ ਕੁਛ ਪਾਏ ਰਹਿਣ ਦਿਓ। ਉਹ ਤੋਂ ਬਾਅਦ ਤੁਸੀਂ ਆਪਣੇ ਸਿਰ ਤੋਂ ਦਸਤਾਰ ਛੋਟੀ, ਆਪਾਂ ਇਸ਼ਨਾਨ ਕਰਨ ਜਾਵਾਂਗੇ ਛੋਟੀ ਦਸਤਾਰ ਬੰਨਾਂਗੇ, ਛੋਟੀ ਦਸਤਾਰ ਖੋਲ੍ਹ ਕੇ ਵਿੱਚੋਂ ਕੰਘਾ ਖੋਲ੍ਹ ਕੇ ਤੁਸੀਂ ਇੱਥੇ ਬੰਨ੍ਹ ਲਓ। ਬੰਨ੍ਹਣ ਤੋਂ ਬਾਅਦ ਆਪਣਾ ਕੇਸ਼ੀ ਇਸ਼ਨਾਨ ਕਰ ਲਓ। ਕੇਸ਼ੀ ਇਸ਼ਨਾਨ ਕਰਨ ਤੋਂ ਬਾਅਦ ਦਸਤਾਰ ਅਤੇ ਕੰਘਾ ਸਿਰ 'ਚ ਬੰਨ੍ਹ ਲਓ, ਹੈ ਨਾ ਜੀ। ਉਹ ਤੋਂ ਬਾਅਦ ਇਹ ਜਿਹੜਾ ਗਾਤਰਾ ਆ, ਇਹ ਗਾਤਰੇ ਨੂੰ ਤੁਸੀਂ ਖੋਲ੍ਹ ਕੇ, ਹੁਣ ਜਿਵੇਂ ਮੈਂ ਕੀ ਕਰਦਾ ਹੁੰਦਾ, ਗਾਤਰੇ ਨੂੰ ਤੁਸੀਂ ਖੋਲ੍ਹ ਕੇ ਆਪਣੇ ਸਿਰ ਦੇ ਉੱਤੇ ਇੱਥੇ ਰੱਖ ਕੇ ਨਾ ਇਵੇਂ ਘੁਮਾ ਸਕਦੇ ਹੋ। ਇਵੇਂ ਘੁਮਾਉਣ ਤੋਂ ਬਾਅਦ ਜਿੰਨਾ ਕੁ ਤੁਹਾਡੇ ਦਸਤਾਰ ਦਾ ਸਾਈਜ਼ ਆ ਵੀ ਉਹਦੇ ਵਿੱਚ ਫਿੱਟ ਆ ਜਾਵੇ, ਠੀਕ ਆ ਜੀ, ਤੁਸੀਂ ਇਹਨੂੰ ਇੱਥੇ ਇਵੇਂ ਕਰ ਸਕਦੇ ਹੋ। ਠੀਕ ਆ, ਇੱਥੇ ਫਿੱਟ ਆਪਣਾ ਖੋਲ੍ਹ ਕੇ ਜਿੰਨਾ ਕੁ ਤੁਹਾਡਾ ਸਾਈਜ਼ ਆ ਇਹਦਾ ਦਸਤਾਰ ਦੇ ਉੱਤੇ ਫਿੱਟ ਕਰ ਲਓ। ਕਈ ਸਿੰਘ ਇਵੇਂ ਕਰਦੇ ਨੇ, ਕਈ ਜਣੇ ਪਹਿਲਾਂ ਇੱਥੇ ਮੂਹਰੇ ਕਰਦੇ ਨੇ, ਇਵੇਂ ਬਟਾ ਪਾ ਕੇ ਇਵੇਂ ਫਿਰ ਪਿੱਛੇ ਪਾ ਦਿੰਦੇ ਨੇ, ਠੀਕ ਆ ਜੀ, ਇੱਥੇ ਪਾ ਦਿੰਦੇ ਨੇ, ਇੱਥੇ ਫਸਾ ਦਿੰਦੇ ਨੇ ਕਈ ਜਣੇ ਇਵੇਂ, ਠੀਕ ਆ, ਓਕੇ। ਇਹ ਤਾਂ ਹੋ ਗਿਆ ਇਸ਼ਨਾਨ ਕਰਨਾ, ਤੁਸੀਂ ਥੱਲੇ ਆਪਣਾ ਇਸ਼ਨਾਨ ਕਰ ਸਕਦੇ ਹੋ। ਹੁਣ ਗੱਲ ਆ ਗਈ ਇੱਕ ਨਾ, ਗੱਲ 'ਚ ਹੋਰ ਜੁੜ ਜਾਂਦੀ ਆ, ਕਈ ਜਦੋਂ ਕਿਸੇ ਨੇ ਕੁਛ ਗਰਾਊਂਡ ਦੇ ਵਿੱਚ ਖੇਡਣਾ ਹੋਵੇ ਜਾਂ ਰਨਿੰਗ ਕਰਨੀ ਹੋਵੇ, ਅੰਮ੍ਰਿਤਧਾਰੀ ਬੰਦੇ ਦੇ ਮਨ 'ਚ ਆ ਜਾਂਦਾ ਵੀ ਮੈਂ ਕਿਰਪਾਨ ਲਾ ਕੇ ਰੱਖ ਦੇਵਾਂ। ਕਿਰਪਾਨ ਤਾਂ ਲਾਉਣੀ ਨਹੀਂ, ਆਪਾਂ ਨੂੰ ਕਿਹਾ ਵੀ ਕਿਰਪਾਨ ਤਾਂ ਕਦੇ ਲਾਉਣੀ ਹੋ ਨਹੀਂ ਹੈਗੀ, ਤੁਸੀਂ ਆਪਣੇ ਬਾਡੀ ਤੋਂ ਅਲੱਗ ਨਹੀਂ ਕਰਨੀ। ਫਿਰ ਕੀ ਕਰ ਸਕਦੇ ਹਾਂ, ਫਿਰ ਇਹ ਆ ਜੇ ਤੁਸੀਂ ਗਰਾਊਂਡ ਦੀ ਪ੍ਰੈਕਟਿਸ ਕਰਦੇ ਹੋ, ਰਨਿੰਗ ਕਰਦੇ ਹੋ ਜਾਂ ਜਿੰਮ ਲਾਉਂਦੇ ਹੋ, ਦੋ ਕੁ ਤਰੀਕੇ ਹੈਗੇ ਨੇ। ਪਹਿਲਾ ਤਰੀਕਾ ਇਹ ਆ, ਗਾਤਰੇ ਨੂੰ ਅੱਗੇ ਕਰਕੇ, ਠੀਕ ਆ ਜੀ, ਇਵੇਂ ਕਰ ਲਿਆ ਵੀ ਸਿੱਧਾ ਆਪਣੇ ਸਿਰ ਤੋਂ ਲੈ ਕੇ ਇੱਥੇ ਪਾ ਲਓ, ਪਾ ਲਿਆ, ਜੋ ਮਰਜ਼ੀ ਕਰੋ, ਠੀਕ ਆ, ਰਨਿੰਗ ਕਰੋ, ਬਾਹਾਂ ਡੋਲੇ ਲਾਓ, ਜਿੰਮ ਆਹ ਡੰਡ ਲਾਓ, ਜੋ ਮਰਜ਼ੀ ਕਰੋ, ਫੁੱਟਬਾਲ ਖੇਡੋ। ਚਾਹੇ ਬਹੁਤ ਸਿੰਘ ਇਵੇਂ ਫੁੱਟਬਾਲ ਖੇਡਦੇ ਨੇ, ਤੁਹਾਡਾ ਗਾਤਰੇ ਤੁਹਾਡੀ ਕਿਰਪਾਨ ਇਹ ਪਿੱਛੇ ਜਾਂਦੀ ਆ। ਉਹ ਤੋਂ ਇਲਾਵਾ ਇੱਕ ਹੋਰ ਤਰੀਕਾ ਆ, ਹੋਰ ਤਰੀਕਾ ਇਹ ਆ, ਤੁਸੀਂ ਆਪਣੇ ਗਾਤਰੇ ਨੂੰ ਖੋਲ੍ਹ ਕੇ, ਠੀਕ ਆ ਜੀ, ਆਪਣੇ ਤੁਸੀਂ ਲੱਕ ਦੇ ਨਾਲ ਇੱਥੇ, ਠੀਕ ਆ, ਅਤੇ ਇੱਥੇ ਗੱਠ ਬੰਨ੍ਹ ਲਓ, ਠੀਕ ਆ ਜੀ, ਇੱਥੇ ਆ ਦੇਖੋ, ਇੱਥੇ ਆ ਗੱਠ ਬੰਨ੍ਹ ਲਈ, ਅਤੇ ਆਹ ਦੇਖੋ ਤੁਹਾਡੀ ਸ਼੍ਰੀ ਸਾਹਿਬ ਇੱਥੇ, ਆਹ ਕਿਰਪਾਨ ਇੱਥੇ ਆ, ਜੋ ਮਰਜ਼ੀ ਡੰਡ ਲਾਓ, ਠੀਕ ਆ, ਤੁਸੀਂ ਘਣ ਚਲਾਉਣਾ ਘਣ ਚਲਾ ਲਓ, ਤੁਸੀਂ ਗਰਾਊਂਡ 'ਚ ਖੇਡਣਾ ਗਰਾਊਂਡ 'ਚ ਖੇਡ ਲਓ, ਜਿੰਮ 'ਚ ਜਿੰਮ ਲਾਉਣਾ ਜਿੰਮ ਲਾ ਲਓ। ਮਤਲਬ ਆਪਦਾ ਤਰੀਕੇ ਸੀਗੇ, ਮੈਂ ਆਪਣੇ ਜਿੰਨੀ ਕੁ ਮੈਨੂੰ ਸਮਤ, ਜਿੰਨੀ ਕੁ ਮੈਨੂੰ ਨੌਲੇਜ ਜਾਂ, ਠੀਕ ਆ, ਆਪਣੇ ਅਕੋਰਡਿੰਗ ਦੱਸੇ ਨੇ। ਮੈਂ ਨਹੀਂ ਕਹਿੰਦਾ ਵੀ ਇਹ ਕੰਪਲੀਟ ਆ, ਬਹੁਤ ਸਿੰਘਾਂ ਨੂੰ ਇਹ ਤੋਂ ਵੱਧ ਪਤਾ ਆ, ਠੀਕ ਆ ਜੀ। ਅਤੇ ਧੰਨਵਾਦ ਸਾਰਿਆਂ ਦਾ, ਜਿੱਦਾਂ ਠੀਕ ਲੱਗੇ ਤਾਂ ਸ਼ੇਅਰ ਕਰਿਓ ਜੀ, ਗਲਤੀ ਹੋ ਗਈ ਹੋਵੇ ਮਾਫ਼ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।